ਜੀ ਚੱਲਦੇ ਹਾਂ ਫਸਟ ਫਲੋਰ ਦੇ ਉੱਤੇ ਔਰ ਦੇਖਦੇ ਹਾਂ ਕਿ ਕੀ ਚੱਲ ਰਿਹਾ। ਅਸੀਂ ਤੁਹਾਨੂੰ ਲਾਸਟ ਟਾਈਮ ਦਿਖਾਇਆ ਸੀ ਸੀੜੀਆਂ ਦੇ ਸਾਡੇ ਸਾਈਡਾਂ ਵਾਲੇ ਜਿਹੜੇ ਪਲਸਤਰ ਨੇ ਉਹ ਚੜ੍ਹ ਰਹੇ ਨੇ, ਇਸ ਸਾਈਡ ਦੇ ਉੱਤੇ ਪਲਸਤਰ ਚੜ੍ਹ ਰਹੇ ਨੇ। ਆਓ ਅਤੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਉੱਤੇ ਕੀ ਚੱਲ ਰਿਹਾ। ਦੇਖੋ ਤੁਸੀਂ ਇਹ ਜਿਹੜੀਆਂ ਉੱਤਰੀਆਂ ਐਲਬੋ ਤੁਸੀਂ ਕਰਵਸ ਜਿਹੜੇ ਸਨ ਉੱਤੇ ਉੱਤੇ ਬਣੇ ਹੋਏ ਸਨ, ਇਹਨਾਂ ਦੇ ਉੱਤੇ ਕੰਮ ਲੱਗਾ ਹੋਇਆ ਜੀ। ਆਓ ਦਿਖਾਓ ਜੀ ਉਸਤਾਦ ਜੀ, ਇੱਕ ਮਿੰਟ ਜੀ, ਅਸੀਂ ਕਰੋ ਆਪਣਾ ਕਰਦੇ ਚੱਲੋ। ਦਿਖਾਓ ਉਸਤਾਦ ਹੋਰਾਂ ਨੂੰ ਜੀ, ਸਟੁਕੋ ਵਰਕ ਜਾਰੀ ਹੈ ਉੱਤੇ। ਉਸਤਾਦ ਹੋਰੀ ਸਟੁਕੋ ਲਾ ਰਹੇ ਨੇ, ਕੋਰਨਰਸ ਲਾ ਰਹੇ ਨੇ। ਕਿੰਨੀ ਬਰੀਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੋਰਨਰ ਜਿਹੜਾ ਉਹਨੂੰ ਕੀਤਾ ਜਾ ਰਿਹਾ ਤਾਂ ਕਿ ਓਰੀਜਨਲ ਫੋਰਮ ਦੇ ਵਿੱਚ ਜਿਹੜਾ, ਉਸ ਵੇਲੇ ਜਦੋਂ ਇੰਨੀਆਂ ਬਰੀਕ ਟੈਕਨੀਕਾਂ ਨਹੀਂ ਸੀ ਹੁੰਦੀਆਂ ਤਾਂ ਉਸ ਵੇਲੇ ਉਸਤਾਦ ਕਿੰਨੀ ਮਿਹਨਤ ਕਰਦੇ ਹੋਣਗੇ ਉੱਪਰ, ਕਿੰਨੀ ਬਰੀਕੀ ਦੇ ਨਾਲ ਇਹ ਸਾਰਾ ਕੁਛ ਕਰਦੇ ਹੋਣਗੇ। ਅੱਜ ਤਾਂ ਜਦੀਦ ਸਾਇੰਸ ਹੈ, ਪ੍ਰਕਾਰ ਹੈ, ਕਟਰ ਹੈ, ਐਵਰੀਥਿੰਗ ਹੈ, ਅਤੇ ਉਸ ਵੇਲੇ ਤਾਂ ਇੰਨੇ ਬਰੀਕ ਮਟੀਰੀਅਲ ਹੁੰਦੇ ਵੀ ਨਹੀਂ ਸਨ। ਫਿਰ ਵੀ ਉਹਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨਾ ਸੋਹਣੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਕੀਤਾ ਜਾਂਦਾ ਸੀ, ਕਿ ਜਿਹੜਾ ਅਸੀਂ ਅੱਜ ਤੱਕ ਉਹਨਾਂ ਚੀਜ਼ਾਂ ਨੂੰ ਅਸੀਂ ਸਹਿਰਾ ਰਹੇ ਹਾਂ, ਉਹਨਾਂ ਚੀਜ਼ਾਂ ਨੂੰ ਆਪਾਂ ਦਿਖਾਉਂਦੇ ਹਾਂ ਤੁਹਾਨੂੰ। ਜਿਸ ਤਰ੍ਹਾਂ ਕਿ ਦੇਖੋ ਤੁਸੀਂ ਕੋਰਨਰ ਦੇ ਵਿੱਚ ਇੱਕ ਇੱਕ, ਠੀਕ ਹੈ ਜੀ, ਇੱਕ ਇੱਕ ਪੰਖੜੀ, ਇੱਕ ਇੱਕ ਪੱਤੀ, ਇੱਕ ਇੱਕ ਪੈਟਲ ਜਿਹੜਾ ਉਹ ਅਲੱਗ ਤੋਂ ਨਜ਼ਰ ਆ ਰਿਹਾ। ਨੈਕਸਟ ਇੱਕ ਸਾਈਡ ਦਿਖਾਓ ਕੋਰਨਰ ਜਿਹੜਾ ਪੂਰਾ ਹੋਇਆ ਹੋਇਆ ਹੈ, ਜਿਸ ਤਰ੍ਹਾਂ ਕਿ ਬਾਕੀ ਲੱਗ ਰਹੇ ਨੇ ਉਸੇ ਤਰ੍ਹਾਂ ਹੀ ਹੈ। ਕੋਲਮਸ ਜਿਹੜੇ ਨੇ ਔਰ ਹਾਫ ਪਿੱਲਰ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਥੱਲੇ ਤੱਕ, ਤੁਸੀਂ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਨੇ ਉਹ ਮੁਕੰਮਲ ਕੀਤੇ ਜਾ ਰਹੇ ਨੇ। ਯਾਨੀ ਕਿ ਟਾਈਮ ਨੂੰ ਨਹੀਂ ਵੇਖਿਆ ਜਾ ਰਿਹਾ, ਚੀਜ਼ਾਂ ਨੂੰ ਵੇਖਿਆ ਜਾ ਰਿਹਾ ਕਿ ਚੀਜ਼ਾਂ ਜਿਹੜੀਆਂ ਨੇ ਉਹ ਪਰਫੈਕਟ ਆਉਣੀਆਂ ਚਾਹੀਦੀਆਂ ਨੇ, ਪਰਫੈਕਟ ਆਉਣੀਆਂ ਚਾਹੀਦੀਆਂ ਔਰ ਖੂਬਸੂਰਤ ਨਜ਼ਰ ਆਉਣੀਆਂ ਚਾਹੀਦੀਆਂ ਨੇ। ਜਿਹੜੀ ਕਿ ਉਹਦੀ ਓਰਿਜਿਨਲ ਦਿੱਖ ਸੀਗੀ ਗੁਰੂ ਘਰ ਦੀ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਿਆ ਜਾ ਰਿਹਾ। ਇਹ ਦੇਖੋ ਤੁਸੀਂ ਹੁਣ ਪਲੈਂਥਾਂ ਜਿਹੜੀਆਂ ਲੱਗ ਰਹੀਆਂ ਨੇ ਥੱਲੇ, ਖਾਸ ਕਰਕੇ ਬੀਮਸ ਕਹਿ ਲਓ ਜਿਹੜੇ ਕਿ ਬਾਰੀਆਂ ਦੇ ਵਿੱਚ ਸੀ। ਬਾਰੀਆਂ ਦੇਖੋ ਕਿੰਨੇ ਖੂਬਸੂਰਤੀ ਦੇ ਨਾਲ, ਬਿਲਕੁਲ ਹੁਣ ਸਿਰਫ ਬਾਰੀ ਹੀ ਰਹਿ ਗਈ ਹੈ ਜਿਹੜੀ ਕਿ ਪੂਰੀ ਕਰਨੀ ਹੈ, ਬਾਕੀ ਆਲਮੋਸਟ ਜਿਹੜਾ ਚੁਕੱਠੇ ਜਿਹੜੇ ਨੇ ਉਹਦੇ ਚੁਕਾਠਾਂ ਲੱਗਣ ਵਾਲੀਆਂ ਨੇ, ਬਾਕੀ ਤਮਾਮ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ। ਔਰ ਗੁਰੂ ਘਰ ਦੀ ਸ਼ੇਪ ਜਿਹੜੀ ਹੈ ਉਹ ਬੜੀ ਖੂਬਸੂਰਤ ਜਿਹੜੀ ਹੈ। ਆਹਿਸਤਾ ਆਹਿਸਤਾ ਜਿਨ੍ਹਾਂ ਲੋਕਾਂ ਨੇ ਤਾਂ ਇਸ ਗੁਰੂ ਘਰ ਨੂੰ ਦੇਖਿਆ ਹੋਇਆ, ਟੁੱਟਿਆ ਹੋਇਆ ਦੇਖਿਆ ਹੋਇਆ, ਜਦ ਉਹ ਹੁਣ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਕਿੰਨਾ ਵਧੀਆ ਲੱਗ ਰਿਹਾ ਹੋਵੇਗਾ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੀ ਲਾਈਨ ਲੈਂਥ ਦੇ ਵਿੱਚ ਆਉਂਦੀਆਂ ਜਾ ਰਹੀਆਂ ਨੇ। ਅਤੇ ਜਦੋਂ ਕੋਈ ਵੀ ਚੀਜ਼ ਹੈ ਉਹ ਆਪਣੀ ਲਾਈਨ ਲੈਂਥ ਦੇ ਵਿੱਚ ਆਉਂਦੀ ਹੈ ਅਤੇ ਤਾਂ ਹੀ ਉਹਦੀ ਜਿਹੜੀ ਬਿਊਟੀ ਹੈ ਉਹ ਨਜ਼ਰ ਆਉਂਦੀ ਹੈ ਕਿ ਕਿਸ ਤਰੀਕੇ ਨੂੰ। ਐਡਾ ਸੌਖਾ ਨਹੀਂ ਹੈ, ਤੁਸੀਂ ਦੇਖੋ ਕਿ ਇਹਨੂੰ ਲਾ ਕੇ ਕਿੰਨੇ ਦਿਨ ਵਾਸਤੇ ਛੱਡਿਆ ਜਾਏਗਾ, ਫਿਰ ਸੁੱਕੇਗਾ, ਫਿਰ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਚੀਜ਼ ਜਿਹੜੀ ਹੈ ਉਹ ਲੱਗੇਗੀ। ਇੱਕ ਪੀਸ ਹੈ ਦੇਖੋ ਤੁਸੀਂ, ਅਗਲਾ ਤਿਆਰ ਹੈ, ਦੂਸਰਾ ਪੀਸ ਵੀ ਤਿਆਰ ਹੈ। ਅਤੇ ਇਹ ਸੀਗਾ ਫਸਟ ਫਲੋਰ ਤੱਕ ਦਾ, ਹੁਣ ਤੱਕ ਦਾ ਕੰਮ, ਕਿ ਵੀ ਫਸਟ ਫਲੋਰ ਦੇ ਵਿੱਚ ਕਿੰਨੀ ਕੁ ਬਰੀਕੀ ਦੇ ਨਾਲ ਕੀ ਕੁਝ ਹੋ ਚੁੱਕਿਆ ਹੈ। ਆਪਾਂ ਚੱਲਦੇ ਹਾਂ ਉੱਤੇ, ਅਤੇ ਉੱਤੇ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਉੱਤੇ ਕੀ ਚੱਲ ਰਿਹਾ। ਅਸੀਂ ਪਹੁੰਚ ਕੇ ਕਹਿ ਲਓ ਤੁਸੀਂ ਸੈਕਿੰਡ ਫਲੋਰ ਦੇ ਉੱਤੇ ਅਸੀਂ ਇਸ ਵੇਲੇ। ਇੱਥੇ ਜਿਹੜਾ ਦਰਵਾਜ਼ਾ ਸੀ ਉਹ ਵੀ ਬਹੁਤ ਬੁਰੇ ਤਰੀਕੇ ਨਾਲ ਟੁੱਟਿਆ ਹੋਇਆ ਸੀ। ਹੁਣ ਸਮਝ ਲਓ ਕਿ ਇਹਦੀ ਪੂਰੀ ਦੀ ਪੂਰੀ ਜਿਹੜੀ ਡੋਟ ਹੈ ਲਾ ਕੇ ਉਹਨੂੰ ਸਹੀ ਕੀਤਾ ਜਾ ਰਿਹਾ। ਯਾਨੀ ਕਿ ਘੱਟੋ ਘੱਟ ਤੁਸੀਂ ਕਹਿ ਲਵੋ ਕਿ ਕੋਈ 64 ਦੇ ਕਰੀਬ ਆਰਕਸ ਜਿਹੜੀਆਂ ਨੇ ਅਤੇ ਕੋਈ 12 ਦੇ ਕਰੀਬ ਛੋਟੇ ਦਰਵਾਜ਼ੇ ਜਿਹੜੇ ਨੇ ਜਿਨ੍ਹਾਂ ਨੂੰ ਰਿਪੇਅਰ ਕਰਨ ਦੀ ਲੋੜ ਸੀ। 12 ਮੇਨ ਦਰਵਾਜ਼ੇ ਸਨ ਅਤੇ ਜਿਹੜੇ ਛੋਟੇ ਦਰਵਾਜ਼ੇ ਨੇ ਉਹ ਅਲੱਗ ਨੇ ਜਿਹੜੇ ਗੁਰੂ ਘਰ ਦੇ ਅੰਦਰ, ਉਹਨਾਂ ਦੇ ਵਿੱਚੋਂ ਇੱਕ ਹੀ ਇਹ ਵਾਲਾ ਦਰਵਾਜ਼ਾ ਜਿਹੜਾ ਕਿ ਅਸਲ ਵਿੱਚ ਵੈਂਟੀਲੇਸ਼ਨ ਦਾ ਇੰਨਾ ਕੁ ਖਿਆਲ ਰੱਖਿਆ ਗਿਆ ਇਸ ਗੁਰੂ ਘਰ ਦੇ ਵਿੱਚ, ਅਮੇਜ਼ਿੰਗ। ਮੈਂ ਕਦੀ ਵੀ, ਜਿਸ ਤਰ੍ਹਾਂ ਤੁਸੀਂ ਕਹਿ ਲਵੋ ਕਿ ਪੁਰਾਣੇ ਦੌਰ ਦੇ ਵਿੱਚ ਜਿੰਨੀਆਂ ਵੀ
ਪੁਰਾਣੀਆਂ ਤਾਰੀਖੀ ਬਿਲਡਿੰਗਸ ਨੇ, ਅਗਰ ਉਹਨਾਂ ਨੂੰ ਤੁਸੀਂ ਸਟੱਡੀ ਕਰੋ ਤਾਂ ਉੱਥੇ ਸਭ ਤੋਂ ਜ਼ਿਆਦਾ ਲਾਈਟ ਔਰ ਕ੍ਰੋਸ ਵੈਂਟੀਲੇਸ਼ਨ, ਦੋ ਚੀਜ਼ਾਂ ਦਾ ਜਿਹੜਾ ਖਿਆਲ ਹੈ ਉਹ ਬਹੁਤ ਜ਼ਿਆਦਾ ਰੱਖਿਆ ਜਾਂਦਾ ਸੀ। ਲਾਸਟ ਟਾਈਮ ਜਦੋਂ ਅਸੀਂ ਆਏ ਹਾਂ ਤੁਹਾਨੂੰ ਦੱਸਿਆ ਸੀ ਕਿ ਇਹ ਗੋਲੇ ਬਾਕੀ ਸਨ, ਇਹ ਵੱਡੀਆਂ ਆਰਚਿਸ ਜਿਹੜੀਆਂ ਸਨ ਉਹ ਬਾਕੀ ਸਨ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਹਲੇ ਏਰੀਏ ਜਿਹੜੇ ਸਨ ਉਹ ਲੱਗ ਰਹੇ ਸਨ ਔਰ ਅੰਦਰ ਪਲਸਤਰ ਹਲੇ ਜਿਹੜਾ ਸੀ ਹੋ ਰਿਹਾ ਸੀ। ਹੁਣ ਅਗਰ ਤੁਸੀਂ ਦੇਖੋ ਤਾਂ ਅੰਦਰ ਵਾਲਾ ਪਲਸਤਰ ਜਿਹੜਾ ਦਿਖਾਓ ਜੀ, ਅੰਦਰ ਵਾਲਾ ਪਲਸਤਰ ਗੁੰਬਦ ਤੱਕ ਜਿਹੜਾ ਬਿਲਕੁਲ ਮੁਕੰਮਲ ਕਰਕੇ ਖੁਸ਼ਕ ਵੀ ਹੋ ਚੁੱਕਿਆ ਹੈ। ਯਾਨੀ ਕਿ ਹੁਣ ਹਰ ਪਾਸੋਂ ਅਗਰ ਤੁਸੀਂ ਦੇਖੋ ਚਾਰੋ ਦਰਵਾਜ਼ੇ ਵੀ ਰਿਪੇਅਰ ਹੋ ਚੁੱਕੇ ਨੇ ਔਰ ਨਾਲ ਦੀ ਨਾਲ ਹੀ ਗੁੰਬਦ ਵੀ ਪੂਰਾ ਰਿਪੇਅਰ ਹੋ ਚੁੱਕਿਆ ਹੈ ਔਰ ਇੰਤਹਾ ਤੋਂ ਜ਼ਿਆਦਾ ਖੂਬਸੂਰਤੀ ਜਿਹੜੀ ਹੈ ਦੇਖਿਆ ਉਹ ਸਾਹਮਣੇ ਨਜ਼ਰ ਆ ਰਹੀ ਹੈ। ਸਭ ਤੋਂ ਵਧੀਆ ਜਿਹੜੀ ਚੀਜ਼ ਲੱਗੀ ਹੈ ਮੈਨੂੰ ਉਹ ਇਹ ਵੇ ਕਿ ਜਦੋਂ ਖਾਸ ਕਰਕੇ ਜਦੋਂ ਤੁਸੀਂ ਦੇਖਦੇ ਹੋ ਕਿ ਗੁੰਬਦ ਹੈ ਔਰ ਉਹਦਾ ਸਰਾਊਂਡ ਹੈ ਉਹ ਮੈਨੂੰ ਬਹੁਤ ਵਧੀਆ ਲੱਗਦਾ ਔਰ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਕਹਿ ਲਵੋ ਤੁਸੀਂ ਜਦੋਂ ਦੀਵਾਨ ਸਜਦੇ ਹੋਣਗੇ ਤਾਂ ਕੀ ਆਪਣਾ ਹੀ ਰੂਪ ਹੁੰਦਾ ਹੋਏਗਾ। ਅਤੇ ਸੋ ਇਹ ਵਾਲੀ ਜਗ੍ਹਾ ਜਿਹੜੀ ਸੀ ਉਸ ਵੇਲੇ ਅੰਡਰ ਦਾ ਕੋਂਸਟ ਰੀਸਟੋਰੇਸ਼ਨ ਸੀ ਜਿਹੜੀ ਕਿ ਰੀਸਟੋਰ ਹੋ ਚੁੱਕੀ ਹੈ। ਆਓ ਦਿਖਾਉਂਦੇ ਹਾਂ ਇਹ ਵਾਲੀ ਸਾਈਡ, ਤੁਸੀਂ ਦੇਖੋ ਕਿ ਇਹਦੇ ਵੀ ਗੋਲੇ ਜਿਹੜੇ ਸਨ ਉਸ ਟਾਈਮ ਹਲੇ ਲੱਗਣ ਵਾਲੇ ਸੀ। ਲਾਸਟ ਟਾਈਮ ਤੁਹਾਨੂੰ ਵੀਡੀਓ 'ਚ ਅਸੀਂ ਦਿਖਾਇਆ ਸੀ ਇਹ ਏਰੀਆ ਵੀ ਲੱਗ ਰਿਹਾ ਸੀ ਔਰ ਇਹ ਵਾਲੀ ਚੀਜ਼ ਜਿਹੜੀ ਸੀ ਉਸ ਵੇਲੇ ਲੱਗ ਰਹੀ ਸੀ। ਅਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਔਲ ਗੋਲੇ ਔਰ ਵੱਡੇ ਪਿੱਲਰ ਪ੍ਰਾਏ ਪਿੱਲਰ, ਯਾਨੀ ਕਿ ਤਿੰਨ ਪਿੱਲਰਸ ਨੂੰ ਮਿਲਾ ਕੇ ਕਿਹੜਾ ਪਿੱਲਰ ਬਣਦਾ ਉਹਦੀ ਵੀ ਜਿਹੜੀ ਹੈ ਰਿਪੇਅਰਿੰਗ ਤੁਹਾਨੂੰ ਦੱਸਦੇ ਇੱਕ ਸਾਈਡ ਤੋਂ ਸ਼ੁਰੂ ਹੋ ਚੁੱਕੀ ਹੈ। ਜਿਸ ਤਰ੍ਹਾਂ ਕਿ ਇਹ ਪਿੱਲਰ ਮੁਕੰਮਲ ਹੋ ਚੁੱਕਿਆ, ਇਹ ਪੂਰਾ ਦਾ ਪੂਰਾ ਪਿੱਲਰ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਹੈ। ਟ੍ਰਾਏ ਪਿੱਲਰ ਹੈ ਯਾਨੀ ਕਿ ਤਿੰਨ ਇਹ ਛੋਟੇ ਪਿੱਲਰ ਨੂੰ ਅਗਰ ਤਿੰਨ ਇਕੱਠੇ ਕਰੋ ਤਾਂ ਫਿਰ ਇੱਕ ਵੱਡਾ ਗ੍ਰੈਂਡ ਪਿੱਲਰ ਜਿਹੜਾ ਉਹ ਸਾਹਮਣੇ ਆ ਰਿਹਾ। ਇਸ ਸਾਈਡ 'ਤੇ ਵੀ ਤੁਸੀਂ ਦੇਖਦੇ ਹੋ ਇਹ ਵੀ ਪਿੱਲਰ ਜਿਹੜਾ ਪੂਰਾ ਆਰਕ ਸਮੇਤ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ। ਇੱਧਰੋਂ ਵੀ ਤੁਸੀਂ ਦੇਖਦੇ ਹੋ ਇਹ ਸਾਰੀ ਜਿਹੜੀ ਚੀਜ਼ ਹੈ ਉਹ ਮੁਕੰਮਲ ਹੋ ਚੁੱਕੀ ਹੋਈ ਹੈ। ਇੱਧਰ ਅਗਰ ਤੁਸੀਂ ਆਉਂਦੇ ਹੋ ਤਾਂ ਉਸਤਾਦ ਹੁਰੀ ਜਿਹੜੇ ਨੇ ਉਹ ਪਿੱਲਰਸ ਨੂੰ ਕਿੰਝ ਲਾਇਆ ਜਾਂਦਾ ਉਹ ਡਿਟੇਲਸ ਤੁਸੀਂ ਚੈੱਕ ਕਰ ਸਕਦੇ ਹੋ। ਸਾਡੇ ਉਸਤਾਦ ਜੀ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਉਹ ਪਿੱਲਰ ਨੂੰ ਜਿਹੜਾ ਟ੍ਰਾਏ ਪਿੱਲਰ ਹੈ ਜਿਹਨੂੰ ਕਹਿ ਲਵੋ ਕਿ ਤੁਸੀਂ ਤਿੰਨ ਪਿੱਲਰਸ ਛੋਟੇ ਮਿਲਾਓ ਅਤੇ ਇੱਕ ਪਿੱਲਰ ਜਿਹੜਾ ਵੱਡਾ ਗ੍ਰੈਂਡ ਪਿੱਲਰ ਕਹਿ ਲਵੋ ਬਣਦਾ। ਵੈਸੇ ਤਾਂ ਮਤਲਬ ਕਿ ਇੰਨਾ ਵੱਡਾ ਨਹੀਂ ਹੈ, ਅਗਰ ਆਮ ਦੇ ਵਿੱਚ ਤੁਸੀਂ ਦੇਖੋ ਤਾਂ ਇੱਕ ਪਿੱਲਰ ਬਰਾਬਰ ਵੀ ਨਹੀਂ ਹੈ, ਲੇਕਿਨ ਇੱਥੇ ਜਿਹੜਾ ਗੁਰੂ ਘਰ ਦੇ ਵਿੱਚ ਸਟੈਂਡਰਡ ਸਾਈਜ਼ ਹੈ ਉਹ ਬਹੁਤ ਛੋਟਾ ਹੈ ਪਿੱਲਰ ਦਾ, ਬਿਲਕੁਲ ਬਾਰੀਕ ਹੈ। ਇਸ ਲਈ ਜਦੋਂ ਜਿੱਥੇ ਇਹ ਕੰਮ ਕਰ ਰਹੇ ਨੇ ਇਹ ਤਿੰਨ ਪਿੱਲਰ ਦੇ ਬਰਾਬਰ ਇੱਕ ਪਿੱਲਰ ਹੈ। ਤਿੰਨ ਪਿੱਲਰ ਦੇ ਬਰਾਬਰ ਕਿਸ ਤਰ੍ਹਾਂ, ਇਹ ਦੇਖੋ ਸਾਈਜ਼, ਇਹ ਵਾਲਾ ਪਿੱਲਰ ਤੁਸੀਂ ਦੇਖੋ, ਅਗਰ ਇਹਦੀ ਬਾਰੀਕੀ ਦੇਖੋ, ਇਹਨੂੰ 3 ਟਾਈਮ ਅਗਰ ਤੁਸੀਂ ਜ਼ਿਆਦਾ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਵੱਡਾ ਪਿੱਲਰ ਅਸੀਂ ਕਹਿ ਰਹੇ ਹਾਂ ਉਹ ਵਾਲਾ ਪਿੱਲਰ ਸਾਹਮਣੇ ਆਉਂਦਾ ਹੈ। ਔਕਸ ਸਾਰੀਆਂ ਦੀਆਂ ਸਾਰੀਆਂ, ਛੱਤ ਜਿਹੜੀ ਸੀਲਿੰਗ ਹੈ ਮੁਕੰਮਲ ਹੋ ਚੁੱਕੀ ਹੈ। ਬਾਹਰਲੇ ਪਾਸੇ ਤੁਸੀਂ ਦੇਖੋ ਕਿ ਜਿਹੜੇ ਮਿਸਿੰਗ ਪਲੇਸਿਸ ਹਨ, ਇਹ ਦਿਖਾਓ ਜ਼ਰਾ, ਮਿਸਿੰਗ ਪਲੇਸਿਸ ਹਨ ਜਿਹੜੇ ਉਹ ਲੱਗ ਰਹੇ ਨੇ ਇਸ ਵੇਲੇ, ਠੀਕ ਹੈ ਜੀ। ਬਾਹਰੋਂ ਤੁਹਾਨੂੰ ਜਿਹੜਾ ਖਿੜਕੀਆਂ ਟੁੱਟੀਆਂ ਹੋਈਆਂ ਬਾਰੀਆਂ ਦਿਸ ਰਹੀਆਂ ਸਨ ਕਿ ਈਸਟ ਵਾਲੀ ਸਾਈਡ ਦੇ ਉੱਤੋਂ ਉੱਥੋਂ ਸਾਡੇ ਭਾਈ ਸਾਹਿਬ ਜਿਹੜੇ ਨੇ ਉਹ ਮੁਰੰਮਤ ਲਾ ਰਹੇ ਨੇ, ਉਹ ਟੁੱਟੀਆਂ ਹੋਈਆਂ ਜਗ੍ਹਾ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ। ਜਦੋਂ ਇਹ ਸਾਰਾ ਕੁਝ ਬਰਾਬਰ ਹੋਏਗਾ ਤਾਂ ਪਤਾ ਹੀ ਨਹੀਂ ਲੱਗੇਗਾ ਕਿ ਗੁਰੂ ਘਰ ਕਦੀ ਟੁੱਟਿਆ ਵੀ ਹੋਇਆ ਸੀ, ਕਦੀ ਖਰਾਬ ਵੀ ਹੋਇਆ ਹੋਇਆ ਸੀ। ਇੰਨਾ ਕੁ ਮਤਲਬ ਕਿ ਆਸਤਾ ਆਸਤਾ ਦਿੱਖ ਜਿਹੜੀ ਹੈ ਉਸ ਪਾਸੇ ਜਾ ਰਹੀ ਹੈ, ਤਾਂ ਇੰਝ ਲੱਗ ਹੀ ਨਹੀਂ ਰਿਹਾ ਕਿ ਕਦੀ ਗੁਰੂ ਘਰ ਨੂੰ ਕਦੀ ਕੋਈ ਨੁਕਸਾਨ ਪਹੁੰਚਿਆ ਹੋਇਆ ਸੀ। ਚੱਲਦੇ ਹਾਂ ਅਸੀਂ ਟੋਪ ਫਲੋਰ ਦੇ ਉੱਤੇ ਔਰ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਟੋਪ ਫਲੋਰ 'ਤੇ ਕੀ ਚੱਲ ਰਿਹਾ। ਉੱਥੇ ਆਪਣੇ ਪਿਛਲੀ ਵਾਰੀ ਅਸੀਂ ਤੁਹਾਨੂੰ ਦਿਖਾਇਆ ਸੀ ਛੋਟੀਆਂ ਗੁਮਟੀਆਂ ਲੱਗ ਰਹੀਆਂ ਸਨ, ਹੋਰ ਬਾਕੀ ਕੰਮ ਹੋ ਰਿਹਾ ਸੀ ਬਨੇਰਿਆਂ ਦਾ, ਉਹ ਕਿੱਥੇ ਤੱਕ ਪਹੁੰਚਿਆ ਉਹਦੇ ਵੱਲ ਚੱਲ ਕੇ ਦੇਖ।